ਸਤਿ ਸ਼੍ਰੀ ਅਕਾਲ ਸਤਿਗੁਰੂ ਕਰਤਾ ਪੁਰਖ 'ਚ ਅੱਜ ਫਿਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਕਹਿੰਦੇ ਹਾਂ ਕਿ ਲੋਕ ਬਹੁਤ ਬਿਜ਼ੀ ਹੁੰਦੇ ਆ, ਪਰਮਾਤਮਾ ਨੂੰ ਕਿੱਦਾਂ ਯਾਦ ਕਰੀਏ, ਪਰਮਾਤਮਾ ਨੂੰ ਯਾਦ ਕਰਨ ਦੀ ਸਹਿਜ ਵਿਧੀ ਕਿਆ ਹੈ, ਕਿੱਦਾਂ ਅਸੀਂ ਉਹਨੂੰ ਯਾਦ ਕਰੀਏ, ਕਿਆ ਕਰਨਾ ਪਊਂਗਾ, ਇਹ ਜਾਣਨ ਵਾਸਤੇ ਸਾਡੇ ਇਸ ਪ੍ਰੋਗਰਾਮ 'ਚ ਸਤਿਗੁਰੂ ਕਰਤਾ ਪੁਰਖ 'ਚ ਅਨੁਭਵੀ ਆਤਮਾ ਸਾਡੇ ਜਿਹੜੇ ਗਿਆਨ 'ਚ ਚੱਲੇ ਹੋਏ ਕਾਫੀ ਸਮੇਂ 'ਤੇ ਉਹਨਾਂ 'ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿੱਦਾਂ ਅਸੀਂ ਪਰਮਾਤਮਾ ਨੂੰ ਯਾਦ ਕਰੀਏ। ਆਈਏ ਸਵਾਗਤ ਕਰਦੇ ਹਾਂ ਸਾਡੇ ਨਿਰਵੇਰ ਭਾਈ ਸਾਹਿਬ ਦਾ। ਭਾਈ ਜੀ, ਤੁਹਾਡਾ ਸਤਿਗੁਰੂ ਕਰਤਾ ਪੁਰਖ 'ਚ ਬਹੁਤ ਬਹੁਤ ਸਵਾਗਤ ਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਓਮ ਸ਼ਾਂਤੀ ਜੀ। ਜੀ ਭਾਅ ਜੀ, ਤੁਸੀਂ ਥੋੜ੍ਹੀ ਦੇਰ ਪਹਿਲੇ ਮੈਨੂੰ ਇੱਕ ਛੋਟਾ ਜਿਹਾ ਟਾਈਟਲ ਦਿੱਤਾ, ਈਜ਼ੀ ਰਾਜਯੋਗਾ ਅਤੇ ਨਾਲੇ ਬਿਜ਼ੀ ਪੀਪਲ। ਈਜ਼ੀ ਰਾਜਯੋਗਾ ਫਾਰ ਬਿਜ਼ੀ ਪੀਪਲ। ਹਾਂਜੀ, ਈਜ਼ੀ ਵੀ ਹੈ ਤਾਂ ਬਿਜ਼ੀ ਵੀ ਹੈ, ਤਾਂ ਜਿਹੜੇ ਬਿਜ਼ੀ ਹੈ ਉਹਨੂੰ ਈਜ਼ੀ ਕਿੱਦਾਂ ਕਰੀਏ? ਜੋ ਬਿਜ਼ੀ ਹੈ ਉਹ ਹੀ ਈਜ਼ੀ ਕਰ ਸਕਦਾ। ਕਿੱਦਾਂ? ਉਹਨੂੰ ਹੋਰ ਕੋਈ ਟਾਈਮ ਨਹੀਂ ਹੁੰਦਾ ਜੀ, ਅਤੇ ਇਸ ਕਰਕੇ ਨੈਚੁਰਲ ਕਿਸ ਤਰ੍ਹਾਂ ਯਾਦ ਰਹੇ, ਅਤੇ ਉਹਦਾ ਇੱਕ ਸਹਿਜ ਜਿਹਾ ਤਰੀਕਾ, ਜਦੋਂ ਵੀ ਕੋਈ ਕੰਮ ਕਰਨਾ ਹੋਏ ਤਾਂ ਇੱਕ ਸੈਕਿੰਡ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਥੋੜ੍ਹਾ ਜਿਹਾ ਬੜੇ ਪਿਆਰ ਨਾਲ ਲਗਾ ਲਓ। ਬਾਬਾ, ਹੇ ਵਾਹਿਗੁਰੂ, ਅੱਜ ਅਸੀਂ ਇਸ ਕੰਮ ਵਾਸਤੇ ਚੱਲ ਰਹੇ ਹਾਂ, ਔਰ ਉਹਦੇ 'ਚ ਮਨ 'ਚ ਰੱਖੋ ਕਿ ਤੁਸੀਂ ਮੇਰੇ ਨਾਲ ਨਾਲ ਰਹਿਣਾ, ਤਾਂ ਕਿ ਮੈਂ ਜੋ ਵੀ ਕਰਾਂ ਉਹ ਐਕੂਰੇਟ ਕਰਾਂ। ਪ੍ਰੈਕਟੀਕਲ ਦੇਖਿਆ ਹੀ ਕਿ ਜਦੋਂ ਅਸੀਂ ਇਸ ਤਰ੍ਹਾਂ ਧਿਆਨ ਰੱਖਦੇ ਹਾਂ ਤਾਂ ਬਹੁਤ ਐਕੂਰੇਟ ਹੁੰਦਾ ਜੀ। ਇਹ ਜਿਹੜੀ ਟੌਪਿਕ ਹੈ ਈਜ਼ੀ ਰਾਜ ਯੋਗਾ ਫਾਰ ਬਿਜ਼ੀ ਪੀਪਲ, ਇਹ ਮੇਰੀ ਆਸਟ੍ਰੇਲੀਆ ਵਿਜ਼ਿਟ ਦੇ ਦੌਰਾਨ ਉੱਥੇ ਉਹਨਾਂ ਨੇ ਕਈ ਜਗ੍ਹਾ ਮੇਰੇ ਪ੍ਰੋਗਰਾਮ ਰੱਖੇ ਸੀ ਔਰ ਇਹ ਇੱਕ ਹੀ ਟੌਪਿਕ ਸੀ, ਔਰ ਉਹ ਦੇਖਿਆ ਕਿ ਉਹ ਹਾਲ ਸਭ ਫੁੱਲ ਹੁੰਦੇ ਸੀ, ਭਰੇ ਹੋਏ ਇੱਕਦਮ, ਕਿਉਂਕਿ ਆਮ ਲੋਕ ਬਹੁਤ ਬਿਜ਼ੀ ਰਹਿੰਦੇ ਆਪਣੇ ਕਾਰੋਬਾਰ 'ਚ, ਪਰ ਉਹਨਾਂ ਨੂੰ ਕੋਈ ਇਹੋ ਜਿਹਾ ਸਹਿਜ ਰਸਤਾ ਨਹੀਂ ਮਿਲਦਾ। ਅਤੇ ਅਸੀਂ ਜਦੋਂ ਤੋਂ ਈਸ਼ਵਰੀ ਗਿਆਨ ਲਿਆ ਔਰ ਸਹਿਜ ਰਾਜ ਯੋਗ ਦਾ ਅਭਿਆਸ ਕੀਤਾ ਤਾਂ ਸਾਨੂੰ ਪਿਤਾ ਪਰਮਾਤਮਾ ਦੀ ਸ਼੍ਰੀਮਤ ਮਿਲੀ ਕਿ ਤੁਸੀਂ ਜਦੋਂ ਵੀ ਕੋਈ ਕੰਮ ਸ਼ੁਰੂ ਕਰਨਾ ਹੀ, ਜਿਸ ਤਰ੍ਹਾਂ ਸਵੇਰੇ ਉੱਠਦੇ ਹੀ, ਜਿਸ ਤਰ੍ਹਾਂ ਬੱਚੇ ਮਾਂ ਬਾਪ ਨੂੰ ਕਹਿੰਦੇ ਗੁੱਡ ਮੋਰਨਿੰਗ, ਇਸੇ ਤਰ੍ਹਾਂ ਹੀ ਉਹ ਬੇਹੱਦ ਦੇ ਮਾਤ ਪਿਤਾ ਨੂੰ ਵੀ ਕਹੀਦਾ ਏ ਬਾਬਾ ਗੁੱਡ ਮੋਰਨਿੰਗ। ਉਸ ਤੋਂ ਬਾਅਦ ਫਿਰ ਮੁਰਲੀ ਸੁਣੀ ਦੀ ਹੈ, ਉਹਦੇ 'ਚ ਵੀ ਬਾਬਾ ਯਾਦ ਪਿਆਰ ਔਰ ਗੁੱਡ ਮੋਰਨਿੰਗ ਦਿੰਦੇ ਨੇ। ਔਰ ਤੀਸਰਾ ਹੈ ਕਿ ਅਸੀਂ ਜਦੋਂ ਕੋਈ ਵੀ ਕਾਰਜ ਕਰਨ ਤੋਂ ਪਹਿਲੇ ਇਹ ਖਾਸ ਧਿਆਨ ਰੱਖੀਦਾ ਹੀ ਕਿ ਬਾਬਾ ਇਹ ਕੰਮ ਵਾਸਤੇ ਮੈਂ ਜਾ ਰਿਹਾ ਹੀ, ਅਤੇ ਬਾਬਾ ਸਾਥ ਦਿੰਦਾ ਹੀ, ਬਾਬਾ ਬੁੱਧੀ ਨੂੰ ਟੱਚ ਕਰਦਾ ਹੀ, ਸਦਬੁੱਧੀ ਰੱਖਦਾ ਹੀ, ਮੰਗਣ ਦੀ ਲੋੜ ਨਹੀਂ ਪੈਂਦੀ, ਨਹੀਂ ਤਾਂ ਸਦਾ ਹੀ ਲੋਕ ਮੰਗਦੇ ਹੀ ਰਹਿੰਦੇ ਆ ਹੇ ਵਾਹਿਗੁਰੂ ਸਾਨੂੰ ਸਦਬੁੱਧੀ ਦੇਣੀ, ਹਾਂ ਇਹ ਈਸ਼ਵਰ ਸਾਨੂੰ ਅੱਛੇ ਰਸਤੇ 'ਤੇ ਚੱਲਣ ਵਾਸਤੇ ਪ੍ਰੇਰਨਾ ਦੇਣੀ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਅਤੇ ਦੇਖਿਆ ਗਿਆ ਕਿ ਉਹਦਾ ਪ੍ਰੈਕਟੀਕਲ ਕਰਨ ਦਾ ਤਰੀਕਾ ਇਹ ਹੈਗਾ ਕਿ ਤੁਸੀਂ ਸਵੇਰੇ ਤੋਂ ਸ਼ਾਮ ਤਾਈਂ ਜਦੋਂ ਵੀ ਕੋਈ ਕਾਰਜ ਸ਼ੁਰੂ ਕਰਨਾ ਹੀ, ਅਤੇ ਮਨ ਪਹਿਲੇ
शिव बाबा दी तरफ लै जाओ, वाहेगुरु दी तरफ लै जाओ। और यही एक छोटा जा संकल्प कर लो, हुण असीं इह काम कर रहे हैं, तुसी आ जाओ, तुसी मेरे नाल रहो, तो देखो किस तरह बाबा साथ दिंदा है। हुण तुहाडे नाल मैं गल कर रहा हाँ तो बाबा का नाम लेंदे ही मैनू खुशी का पारा चढ़ जाता है। तो जदों खुशी मन च हुंदी है तो मन बड़ा लाइट भी हुंदा और क्लीयर भी हुंदा, एक्यूरेट भी हुंदा, इस करके हर कार्य च सफलता भी मिलती है। जी पाजी, पाजी क्या खुश रहना एक इच्छा है, लेकिन ऐसी खुश रहने सिर्फ इच्छा ही हो सकती या खुश रहना एक व्यवहारिक संभावना भी है? नहीं, हर एक चीज़ दी बेसिस हुंदी है जी। अगर तुसी फाउंडेशन अच्छी बनाओगे हो जी, तो फिर तुहाडा मकान भी अच्छा बन जाएगा, इमारत अच्छी बनेगी जी। तो इस करके तुहानू पता ही है कि जिन्ना तुसी बेसिक्स ज्ञान दी और बाबा दी याद जिन्हू सहज राज योग कहने हैं, उहदी बेसिक्स उन्हू अच्छी तरह पहले स्टडी करके उहदे अनुसार अपनी दिनचर्या अगर बना लेंगे हो तो तुसी देखणगे हो कि तुहाडे चेहरे की खुशी कभी गायब ही नहीं होएगी। लोग बल्कि सोचते रहिंदे इन्हां नूं की मिलिया होया, इन्ने सदा खुश रहिंदे आ, मुस्कुराउंदे रहिंदे आ। उहदा कारण है एक, जदों तुसी पिता परमात्मा दे नाल वाहिगुरु दे नाल अपना मन लगाउंदे हो तो तुहाडे मन च आउंदा की है, असी उस बेहद बाप दे बच्चे हैं और जिन्हू भी देखणगे हो मन च यही आएगा ये भी साढ़े बाबा दे बच्चे है, ये भी वाहिगुरु की संतान हैगे है, वाहिगुरु का परिवार हैगे है। तो असी अपने परिवार दे भाई भैणां नू देख करके सदा खुश रहने, कदी मन च नहीं आउंदा ये कौन आ गया, किहदा मूँह देख लिया, ये नहीं आउंदा। नहीं, वो पॉजिटिव जिहड़ी साडी एटीट्यूड है वो बहुत कम करती है। इस करके बेसिक फाउंडेशन जिहड़ी है वो एक पक्की कर लो कि असी अपने मन च शुभ सोचना ही, शुद्ध सोचना ही, शुभ और शुद्ध जिन्हों असी अंग्रेजी च पॉजिटिव कह दिने हैं, सिंपल वर्ड्स। इस करके वो तुसी करके देखो, इतना मज़ा आउंदा उहदे च। हर इंसान दे बारे च जदों भी तुसी सोचणगे हो या हर कोई पल समय दे बारे सोचणगे हो तो उहदे दो साइड हुंदी है, पॉजिटिव साइड भी हुंदी है, नैगेटिव साइड भी हुंदी है। अगर तुहाडा एटीट्यूड जिहड़ा ई, दृष्टिकोण जिहड़ा ई, वो अगर तुसी हमेशा शुभ और शुद्ध सोचो, पॉजिटिव रखो, तो उहदी रिजल्ट ये हैगी है कि आत्मा नूं पॉजिटिविटी बहुत पसंद आउंदी है। ये साडा निजी गुण हैगा ही अपना सब दा, और उहदे करके असी जदों श्री कृष्ण दा तुसी चित्र देखणगे हो ना, तो श्री कृष्ण हमेशा तुहानू देखण चाहेगा, मुरली हथ च है, होंठां ते लगी हुई है, लेकिन उहनां दी नैना तो तुहानू सदा ही मुस्कुराण नज़र आउंदी है, देखदे ही मन खुश हो जाता है। इस करके सारी दुनिया श्री कृष्ण दे दीवाने हैगे है, ते असी भी अगर श्री कृष्ण दी तरह
अपने मन नूं इतना निर्मल रखिए, पावन रखिए और हर एक नूं अपनेपन दी भावना नाल देखिए तो साडा मन सदा खुश रहेगा और साडे मन दी खुशी जिहड़ी है वह रिफलैक्ट करके दूसरे नूं भी मुस्कुराना सिखा देगी। इस करके एक पुराना गीत है, किसी ने अपना बना के मुझको मुस्कुराना सिखा दिया। किसी ने, किसने? उस पिता परमात्मा ने सारे बच्चों नूं फिर याद दिलाया, तुसी मेरे प्यारे बच्चे हो, सिकील दे बच्चे हो, रूहानी बच्चे हो, मेरे नैना दे नूर है गए हो। तो वो याद दिलाउन दे नाल ही जदों असी उहदे बारे सोचते हैं, ओह सानू ये कौन है इस तरह कह रहा है, वाह, तो मन खुश हो जाता है। इस करके सदा मुस्कुराउन दा आधार है शुद्ध और शुभ सोचना। जिहड़ी साडी चिंताएं है, कोई भी चिंताएं तुसी ले लो, ते अजीबो गरीब जिहड़ी मर्यादाएं हुंदी साडी, ए है वो है, कोई भी मर्यादा आ जाती है साढ़े परिवारिक च, तो ये कुछ पेशेवर इच्छाएं, मतलब धन दौलत ज़्यादा ही हो गई भी, वो सब साढ़े अंदर एक अलग तरह की इच्छाएं पैदा कर दी हैं, वो सानू डुबो भी दें दी हैं, तो उन्होंने निकल बाहर निकलने का साधन की है? इच्छा अच्छा बन नहीं दिंदी जी, सुनिया होगा तुसी। इस करके ईश्वरी ज्ञान च सानू बाबा ने बहुत अच्छे शब्दां च कहा ही कि जदों तुहानू परमात्मा बाप मिल गया और उस तो तुहानू इतना बेहद दा वरसा मिल रहा, खजाना मिल रहा हर चीज़ दा, तो तुसी इच्छा मात्रम अविद्या, इच्छा दी विद्या ही नहीं तुहानू चाहीदी, इच्छा मात्रम अविद्या। अगर ये स्थिति अपनी बना लो तो तुसी कई प्रकार दी जड़ी हैरानियां ही उहदे चों बच जाणगे। तुसी देखणगे छोटी जी कोई इच्छा दे कारण बच्चियां नूं कोई चीज़ नहीं मिली, रोण लग पेंगे। वड्डे हैगे आ उहनां नूं कोई जमीन जायदाद दी इच्छा नहीं मिल, वो नहीं मिलिया हिस्सा, वो उधर की कहिंदे इहनूं कोर्ट च धक्के खांदे रहणगे, खुद भी खाणगे और सारे परिवार नूं भी उत्थे तक लै जाणगे। तो इस करके मैं तो ये देखा ही कि जिन्ना तुसी अपने आप नूं हल्का रखो, लाइट रखो, इच्छा मात्रम अविद्या अगर हो जाए तो वो तो वड्डी चीज़ तो कोई है ही नहीं। क्यों? जिस पिता परमात्मा ने इस सृष्टि ते सानू जन्म दिता ही, उसने ये चीज़ साडे लई ते क्या, लेकिन सब जीव जंतुओं वास्ते, जानवरों वास्ते, सब दे वास्ते खाण पीन का इंतजाम रख्या है। गांधी जी दे शब्द हैगे है, कि अपने जीन वास्ते, जीवन वास्ते जो चाहिदा है वो ते भगवान प्रोवाइड कर रहा है, वो तो दे रहा ही, लेकिन लालच अगर कर दो तो लालच वास्ते फिर मुश्किल हो जाती है। इस करके अपनी जिहड़ी जरूरियात है उन्होंने थोड़ा लिमिट च रखना जरूरी है। बहुत ज़्यादा ओवरनाइट तुसीं सोचो मैं तो बस अरबपति करोड़पति बन जा, नहीं, कोई लोड़ नहीं है। इस करके हाँ ठीक है,
अपना स्टैंडर्ड रखो तुसी, कोई ये नहीं मना करता, खान पीन दा रहन दा सब ठीक अच्छा है। और बाबा दे बड़े अच्छे शब्द है गए हैं, बच्चे ना बहुत उच्चा ते ना बहुत एकदम गरीब गुरबा वाला, इन बिटवीन। और तुसी देखणगे अधिकतर हिंदुस्तान की जिहड़ी आबादी है वो तो मिडल क्लास है। अगर मिडल क्लास आबादी जिहड़ी है वो लालच ना करे, जो उन्होंने मिल रहा है उहदे च संतुष्ट रहन, तो भारत देश नंबर वन खुशी का देश बन जाएगा। लेकिन हुण थोड़ा जा कलयुग के अंतिम समय का प्रभाव होण करके तमोगुण ज़्यादा, तमोगुण च सब तो वड्डी गल है स्वार्थ। स्वार्थ दे कारण तुसी जानदे हो हर एक अपना वो जमा करन च लगे हुए ने, जमाखोरी च जिहनूं कहिंदे आ, दूसरियां दा भावें नुकसान होए ते वो फिर उहदे च तुहानूं पता ही है सरकार भी उहदे ते ध्यान रखदी है, फिर छापे पैंदे आ, फिर जेल जाना पैंदा ही। हुण कई वड्डे वड्डे लोग देखो हिंदुस्तान च आ ही नहीं सकदे, देश निकाला जिस तरह उन्होंने मिलिया होया, उत्थे भी जिथे वो जा करके वसे ने उत्थे भी कोर्टां च धक्के खा रहे ने, तुसी जानदे उन्हां दे नां अखबारां च आउंदे रहिंदे ने। इस करके फरीद दा बड़ा अच्छा दोहा जिहड़ा तुसी सुणदे भी हैगे हो, रुखी मिसी खा फरीदा ठंडा पानी पी, ना देख पराइयां चोपड़ियां ते ना तरसावी जी। इहदा अर्थ बस समझ जाणगे पंजाबी च। जी पाजी, पाजी तुसी इहदा एक एग्जाम्पल भी काफ़ी अच्छा देता, लेकिन क्या एक व्यक्ति ये नहीं सोच सकता कि मैं अपना अच्छा घर बनावा, अच्छा खावा, वो इच्छा करना है, क्या गलत है? नहीं, कोई उहदे च कोई गलत कुछ नहीं है जी। पर एक घर बनदा ही अच्छा साफ सुथरा रहन वास्ते, अगर तुसी उहदे उहनू बनाउण वास्ते हिसाब कढ़न गए तो उहदा हिसाब जिहड़ा नॉर्मल जिहनूं कहा जांदा है कि भाई अच्छा घर अच्छा उहदा प्लास्टरिंग हो जाए और उहदे च जिहड़ी जो भी फिटिंग्स हैगियां जो भी हैगा जरूरी हैगे आ वो करनी आए, और टाइल्स वगैरह भी बहुत अच्छी लगा सकते हो, सब कुछ है। लेकिन तुसी अगर ये सोचण लग जाओ कि असी तो भाई वो इटैलीअन मार्बल ही लगाना ही, वो मिलेगा तुहानू 500 रुपए स्क्वेयर फुट, और जिहड़ी टाइल्स साढ़े इत्थे मिलती है वह मिलती है 40-45 रुपए स्क्वेयर फुट, तो कितना फर्क पै जाएगा जी, जी, जी। तो इतना रुपया इकट्ठा करने वास्ते फिर तुसी जानते हो की करते हैं लोग। इस करके अपने हिसाब नाल कि घर बनाओ साफ सुथरा रहे और उहदा एनवायरनमेंट भी बड़ा अच्छा रहे, उहदे आजू बाजू थोड़ी खुली जगह भी रहे और हरियाली भी रहे, तो ताकि थोड़ा वायुमंडल भी तो अच्छा चाहिए ना, जो हेल्दी एटमोसफियर जिन्हों कहते हैं वो होना चाहिए है। जी पाजी, पाजी एक प्रश्न आया साढ़े व्हाट्सएप च, वो भाई है दिल्ली ते, वो बोलते कि मेरा भाई साहब दे ये प्रश्न पूछना है कि जो लोकां अंदर अहंकार है वो छुटकारा पाना इतना मुश्किल क्यों है, ते अहंकार दे वास्ते जिदा दुनिया च विनाशा दा एक मूल कारण भी हो गया, परिवार च एक रिश्ते नाते टूट जाते, दोस्तों विच एक अलगाव आ जाता, ये अहंकार इतना मुश्किल क्यों है एक व्यक्ति अंदर जिते छुटकारा पाना से? सारी मुसीबतों की जड़ी अहंकार है ना। इस करके जदों गुरबाणी पढ़ते हैं अरदास करते हैं
ਅਤੇ ਉਸ ਵੇਲੇ ਵਾਹਿਗੁਰੂ ਨੂੰ ਕੀ ਕਹਿੰਦੇ ਨੇ, ਹੇ ਵਾਹਿਗੁਰੂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਉਣਾ। ਪ੍ਰਾਰਥਨਾ ਤਾਂ ਕਰਦੇ ਆ ਪਰ ਸੱਚੇ ਦਿਲ ਨਾਲ ਆਪਣੇ ਆਪ ਛੱਡਣ ਵਾਸਤੇ ਤਿਆਰ ਨਹੀਂ ਹੁੰਦੇ। ਅਤੇ ਜਿਹੜੀ ਚੀਜ਼ ਸਾਨੂੰ ਫਾਇਦਾ ਨਹੀਂ ਉਹਦਾ ਕਾਰਨ ਕੀ ਆ, ਅਹੰਕਾਰ ਕਿਉਂ ਹੈਗਾ, ਕਿਉਂਕਿ ਸਮਝ ਨਹੀਂ ਹੈਗੀ ਕਿ ਵਾਸਤਵ ਦੇ ਵਿੱਚ ਤੁਸੀਂ ਤਾਂ ਆਤਮਾ ਹੈਗੇ ਹੋ। ਆਪਣੇ ਆਪ ਨੂੰ ਇੱਕ ਰੂਹ ਸਮਝੋ, ਆਤਮਾ ਸਮਝੋ, ਔਰ ਇਹ ਸਰੀਰ ਤੁਹਾਡਾ ਜਿਹੜਾ ਇਹ ਇੱਕ ਮਾਧਿਅਮ ਹੈਗਾ ਜਿਹਦੇ ਜ਼ਰੀਏ ਤੁਸੀਂ ਆਪਣਾ ਕਰਤੱਵ ਕਰ ਰਹੇ ਹੋ, ਔਰ ਹਰ ਆਤਮਾ ਪਰਮਾਤਮਾ ਦੀ ਸੰਤਾਨ ਹੋਣ ਦੇ ਨਾਤੇ ਬੜੀ ਕੀ ਕਹੀਏ ਉਹਨੂੰ, ਸ੍ਰੇਸ਼ਟ ਆਤਮਾ ਹੈ, ਪਵਿੱਤਰ ਆਤਮਾ ਹੈ, ਨਿਰਵਿਕਾਰੀ ਆਤਮਾ ਹੈ। ਉਹ ਆਪਣੇ ਆਪ ਨੂੰ ਯਾਦ ਦਿਲਾਓ ਅਤੇ ਅਹੰਕਾਰ ਚਲਾ ਜਾਏਗਾ। ਆਪਣੇ ਆਪ ਨੂੰ ਤੁਸੀਂ ਕਰੋੜਪਤੀ ਦੇ ਬੱਚੇ ਸਮਝਣਗੇ ਹੋ ਜਾਂ ਲੱਖਪਤੀ ਦੇ ਬੱਚੇ ਸਮਝਣਗੇ ਹੋ ਅਤੇ ਅਹੰਕਾਰ ਆਏਗਾ। ਲੇਕਿਨ ਤੁਸੀਂ ਪਰਮਾਤਮਾ ਦੀ ਸੰਤਾਨ ਹੋ, ਪਰਮਾਤਮਾ ਇਤਨਾ ਸਾਰੇ ਵਿਸ਼ਵ ਦਾ ਰਚਤਾ ਹੈ, ਉਹਨੂੰ ਮਾਲਿਕ ਵੀ ਕਹਿੰਦੇ ਆ। ਲੇਕਿਨ ਕਦੀ ਸੁਣਿਆ ਕਿ ਪਰਮਾਤਮਾ ਨੂੰ ਅਹੰਕਾਰ ਆਉਂਦਾ ਹੀ? ਕਦੀ ਨਹੀਂ ਆਉਂਦਾ। ਅਤੇ ਇਸ ਕਰਕੇ ਕਿਹਾ ਜਾਂਦਾ ਜੀ, ਫੋਲੋ ਫਾਦਰ, ਬਾਪ ਨੂੰ ਫੋਲੋ ਕਰੋ। ਪਰਮਾਤਮਾ ਪਿਤਾ ਸਾਨੂੰ ਆ ਕਰਕੇ ਜਦੋਂ ਮੁਰਲੀ ਸੁਣਾਉਂਦੇ, ਗਿਆਨ ਸੁਣਾਉਂਦੇ ਆ, ਤਾਂ ਉਹ ਲਾਸਟ 'ਤੇ ਕੀ ਕਹਿੰਦੇ ਆ, ਮੀਠੇ ਮੀਠੇ ਸਕੀਲ ਦੇ ਬੱਚੋਂ ਕੋ, ਬਾਪ ਦਾਦਾ ਕਾ ਯਾਦ ਪਿਆਰ, ਔਰ ਰੂਹਾਨੀ ਬੱਚੋਂ ਕੋ ਰੂਹਾਨੀ ਬਾਪ ਕੀ ਨਮਸਤੇ। ਦੇਖੋ ਇਤਨੀ ਨਿਰਮਾਣਤਾ, ਇਤਨਾ ਸਭ ਕੁਛ ਹੈ, ਅਤੇ ਬਾਬਾ ਨੂੰ ਫੋਲੋ ਕਰੀਏ ਅਸੀਂ। ਅਗਰ ਬਾਬਾ ਇਤਨਾ ਨਿਰਮਾਣ ਹੋ ਕਰਕੇ ਬੱਚਿਆਂ ਦੀ ਸੇਵਾ ਕਰਦੇ, ਤਾਂ ਤੁਸੀਂ ਅਗਰ ਆਪਣੇ ਆਪ ਨੂੰ ਇਸ ਦੁਨੀਆ ਦੇ ਸੇਵਾਧਾਰੀ ਬਣ ਕਰਕੇ ਇਸ ਦੁਨੀਆ ਨੂੰ ਸੁੱਖ ਦੇਣ ਵਾਸਤੇ ਨਿਮਿਤ ਬਣਦੇ ਹੋ ਪਰਮਾਤਮਾ ਦੀ ਤਰਫੋਂ, ਵਾਹਿਗੁਰੂ ਦੀ ਤਰਫੋਂ, ਤਾਂ ਤੁਸੀਂ ਆਪਣੇ ਆਪ 'ਚ ਕਦੀ ਅਹੰਕਾਰ ਦਾ ਨਾ ਹੀ ਨਾ ਆਉਣ ਦੇਣਗੇ। ਨਿਰਅਹੰਕਾਰੀ, ਉਹ ਨਿਰੰਕਾਰੀ ਨਿਰਅਹੰਕਾਰੀ ਕਹਿੰਦੇ ਆ, ਪ੍ਰੈਕਟੀਕਲੀ ਇਹ ਚਾਹੀਦਾ ਨਾ। ਅਤੇ ਨਿਰਅਹੰਕਾਰੀ ਬਣਨ ਵਾਸਤੇ ਆਪਣੇ ਨਿਰਾਕਾਰੀ ਸਰੂਪ ਨੂੰ ਯਾਦ ਕਰੋ। ਸਾਡਾ ਸਰੂਪ ਨਿਰਾਕਾਰੀ ਸਰੂਪ ਹੈ, ਰੂਹਾਨੀਅਤ ਦਾ ਆਤਮਾ ਸਰੂਪ ਜਿਹੜਾ ਹੀ ਜੋਤੀ ਸਰੂਪ ਹੈ, ਰੂਹਾਨੀਅਤ ਦਾ ਸਰੂਪ ਹੈ। ਅਤੇ ਉਹਦੇ 'ਚ ਸਾਰੇ ਹੀ ਗੁਣ ਆ ਜਾਂਦੇ ਆ, ਪਵਿੱਤਰਤਾ ਵੀ ਹੈ, ਸ਼ਾਂਤੀ ਵੀ ਹੈ, ਪ੍ਰੇਮ ਵੀ ਹੈ, ਆਨੰਦ ਵੀ ਹੈ, ਔਰ ਫਿਰ ਸਰਵ ਸ਼ਕਤੀਵਾਨ ਦੇ ਬੱਚੇ ਹੈ ਅਤੇ ਸ਼ਕਤੀ ਸਰੂਪ ਵੀ ਹੈਗੇ। ਇਸ ਕਰਕੇ ਜਿੰਨਾ ਹੋ ਸਕੇ ਆਪਣੇ ਆਪ ਨੂੰ ਯਾਦ ਦਿਲਾਓ ਕਿ ਅਸੀਂ ਜਿਸ ਤਰ੍ਹਾਂ ਪਰਮਾਤਮਾ ਪਿਤਾ ਵਿਸ਼ਵ ਸੇਵਾਦਾਰੀ ਹੈ, ਅਸੀਂ ਵੀ ਵਿਸ਼ਵ ਸੇਵਾਦਾਰੀ ਹੈ। ਫਿਰ ਤੁਹਾਨੂੰ ਅਹੰਕਾਰ ਨਹੀਂ ਆਏਗਾ ਜੀ। ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਤੁਸੀਂ ਸਾਡੇ ਇਸ ਐਪੀਸੋਡ 'ਚ ਇੱਛਾ ਮਾਤਰਮ ਅਵਿਦਿਆ ਦੀ ਵੀ ਗੱਲ ਕੀਤੀ ਅਤੇ ਨਾਲੇ ਖੁਸ਼ ਰਹਿਣ ਦਾ ਉਪਾਅ ਵੀ ਦੱਸਿਆ, ਔਰ ਅਹੰਕਾਰ ਨੂੰ ਛੁਟਕਾਰਾ ਕਿੱਦਾਂ ਪਾਵੇ ਇਹ ਵੀ ਤੁਸੀਂ ਸਾਨੂੰ ਸਾਡੇ ਸਤਿਗੁਰੂ ਕਰਤਾਪੁਰਖ 'ਚ ਕਾਰਜਕ੍ਰਮ 'ਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ।